ਤੁਸੀਂ ਦੇਖ ਰਹੇ ਹੋ ਹਰਜਸ ਟੀਵੀ ਤੇ ਮੈਂ ਹਿਮਾਨੀ ਖਬਰਾਂ ਦੇ ਬੁਲੇਟਿਨਸ ਦੇ ਵਿੱਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ। ਨਜ਼ਰ ਪਾਉਂਦੇ ਅੱਜ ਦੀਆਂ ਕੁਝ ਮੁੱਖ ਖਬਰਾਂ ਦੇ ਉੱਪਰ। ਚੰਡੀਗੜ੍ਹ ਦੀਆਂ ਬਰੂਹਾਂ 'ਚ ਕਿਸਾਨਾਂ ਦਾ ਫਿਰ ਇੱਕ ਵਾਰ ਮੋਰਚਾ। ਉੱਤਰੀ ਰੇਲਵੇ ਦੇ ਧੁੰਦ ਕਾਰਨ ਪੰਜਾਬ ਦੇ ਵਿੱਚ ਐਕਸਪ੍ਰੈਸ ਗੱਡੀਆਂ 3 ਮਹੀਨੇ ਲਈ ਕੀਤੀਆਂ ਬੰਦ। ਥਾਈਲੈਂਡ ਸ਼੍ਰੀਲੰਕਾ ਤੋਂ ਬਾਅਦ ਹੁਣ ਇਸ ਦੇਸ਼ 'ਚ ਭਾਰਤੀਆਂ ਦਾ ਨਹੀਂ ਲੱਗੇਗਾ ਵੀਜ਼ਾ, 1 ਦਸੰਬਰ ਤੋਂ ਮਿਲੇਗੀ ਇਹ ਸਹੂਲਤ। 27 ਨਵੰਬਰ ਨੂੰ ਅੰਮ੍ਰਿਤਸਰ 'ਚ ਹਜ਼ੂਰ ਸਾਹਿਬ ਲਈ ਰਵਾਨਾ ਹੋਵੇਗੀ ਮੁੱਖ ਮੰਤਰੀ ਤੀਰਥ ਯਾਤਰਾ ਦੀ ਪਹਿਲੀ ਰੇਲ ਗੱਡੀ। ਟੀ20 ਲੜੀ ਦੇ ਵਿੱਚ ਭਾਰਤ ਨੇ ਆਸਟ੍ਰੇਲੀਆ ਨੂੰ ਦੂਸਰੇ ਟੀ20 ਮੈਚ ਦੇ ਵਿੱਚ 44 ਦੌੜਾਂ ਨਾਲ ਹਰਾਇਆ। ਹਾਰਦਿਕ ਪਾਂਡਿਆ ਦੀ ਮੁੰਬਈ ਇੰਡੀਜ਼ 'ਚ ਹੋਈ ਵਾਪਸੀ, ਗੁਜਰਾਤ ਦਾ ਛੱਡਿਆ ਸਾਥ। ਗਿੱਪੀ ਗਰੇਵਾਲ ਦੇ ਆਪਣੇ ਘਰ 'ਤੇ ਹੋਈ ਗੋਲੀਬਾਰੀ ਪਿੱਛੇ ਹੁਣ ਗਿੱਪੀ ਗਰੇਵਾਲ ਨੇ ਤੋੜੀ ਚੁੱਪੀ। ਹੁਣ ਖਬਰਾਂ ਵਿਸਤਾਰ ਦੇ ਵਿੱਚ। ਸੰਯੁਕਤ ਕਿਸਾਨ ਮੋਰਚਾ ਭਾਰਤ ਦੇ ਸੱਦੇ ਦੇ ਪੰਜਾਬ ਭਰ ਤੋਂ ਸਾਰੇ ਕਿਸਾਨ ਮਜ਼ਦੂਰ ਅਤੇ ਬੀਬੀਆਂ ਟਰੈਕਟਰ ਟਰਾਲੀਆਂ, ਗੱਡੀਆਂ, ਬੱਸਾਂ ਅਤੇ ਹੋਰ ਸਾਧਨਾਂ ਰਾਹੀਂ 3 ਰੋਜ਼ਾ ਮੋਰਚਾ ਲਾਉਣ ਲਈ ਚੰਡੀਗੜ੍ਹ ਪਹੁੰਚ ਚੁੱਕੇ ਹਨ। ਦੂਰ ਵਾਲੇ ਇਲਾਕਿਆਂ ਤੋਂ ਕਿਸਾਨ ਕੱਲ੍ਹ ਹੀ ਚੰਡੀਗੜ੍ਹ ਦੇ ਨੇੜੇ ਪਹੁੰਚ ਗਏ ਸਨ। ਕਿਸਾਨਾਂ ਨੇ ਇਹ ਕਾਫਲੇ ਜਿਉਂ ਹੀ ਏਅਰਪੋਰਟ ਰੋਡ ਤੋਂ ਚੰਡੀਗੜ੍ਹ ਦੇ ਟ੍ਰਿਬਿਊਨ ਚੌਂਕ ਵਾਲੇ ਵਧੇ ਤਾਂ ਉਹਨਾਂ ਨੂੰ ਮੋਹਾਲੀ ਗੋਲਫ ਕੋਰਸ ਦੇ ਕੋਲ ਪੁਲਿਸ ਨੇ ਨਾਕਾਬੰਦੀ ਕਰਕੇ ਰੋਕਿਆ ਤਾਂ ਉਹਨਾਂ ਨੇ ਉੱਥੇ ਪੰਡਾਲ ਬਣਾ ਕੇ ਧਰਨਾ ਸ਼ੁਰੂ ਕਰ ਦਿੱਤਾ। ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ 11 ਕਿਸਾਨ ਆਗੂਆਂ ਦੇ ਆਧਾਰਿਤ ਪ੍ਰਧਾਨਗੀ ਮੰਡਲ ਦੀ ਅਗਵਾਈ ਹੇਠ ਸਟੇਜ ਦੀ ਕਾਰਵਾਈ ਕਿਸਾਨ ਲਹਿਰ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਕੇ ਸ਼ੁਰੂ ਕੀਤੀ। ਕਿਸਾਨਾਂ ਮੁਤਾਬਕ ਦਿੱਲੀ ਮੋਰਚੇ ਵੱਲੋਂ ਕੇਂਦਰ ਸਰਕਾਰ ਨੇ ਜੋ ਵਾਅਦੇ ਕੀਤੇ ਸਨ ਉਹ ਪੂਰੇ ਨਹੀਂ ਕੀਤੇ ਗਏ। ਇਸ ਲਈ ਸੰਯੁਕਤ ਕਿਸਾਨ ਮੋਰਚਾ ਆਪਣੀਆਂ ਮੰਗਾਂ ਨੂੰ ਮਨਾਉਣ ਲਈ ਸਾਰੇ ਰਾਜਾਂ ਦੀਆਂ ਰਾਜਧਾਨੀਆਂ ਵਿੱਚ ਇਹ ਪ੍ਰਦਰਸ਼ਨ ਕਰਨ ਲਈ ਮਜਬੂਰ ਹੈ। ਉੱਤਰੀ ਰੇਲਵੇ ਵੱਲੋਂ ਲਏ ਫੈਸਲੇ ਅਨੁਸਾਰ ਅੰਬਾਲਾ ਡਿਵੀਜ਼ਨ ਦੇ ਸਰਹਿੰਦ ਸੈਕਸ਼ਨ 'ਚ ਚੱਲਣ ਵਾਲੀਆਂ 2 ਟ੍ਰੇਨਾਂ ਨੂੰ 3 ਮਹੀਨਿਆਂ ਲਈ ਬੰਦ ਕਰ ਦਿੱਤਾ ਗਿਆ ਹੈ। ਇਸ ਦੀ ਪੁਸ਼ਟੀ ਕਰਦਿਆਂ ਟ੍ਰੈਫਿਕ ਇੰਸਪੈਕਟਰ ਤੇਜਿੰਦਰ ਪਾਲ ਨੇ ਦੱਸਿਆ ਕਿ ਨੰਗਲ ਡੈਮ ਤੋਂ ਸ਼ੁਰੂ ਹੋ ਕੇ ਆਨੰਦਪੁਰ ਸਾਹਿਬ, ਕਿਰਤਪੁਰ ਸਾਹਿਬ, ਭਗਤਗੜ੍ਹ, ਕਨੌਲੀ, ਰੂਪਨਗਰ, ਨਵਾਂ ਮੋਰਿੰਡਾ, ਲੁਧਿਆਣਾ, ਜਲੰਧਰ, ਬਿਆਸ ਅਤੇ ਅੰਮ੍ਰਿਤਸਰ ਜਾਣ ਵਾਲੀਆਂ ਟ੍ਰੇਨ ਨੰਬਰ 14506 ਇੰਟਰਸਿਟੀ ਟ੍ਰੇਨ, ਜਦਕਿ ਇਸ ਦੀ ਰੂਟ ਅੰਮ੍ਰਿਤਸਰ ਤੋਂ ਵਾਪਸ ਆਉਣ ਵਾਲੀ ਟ੍ਰੇਨ ਨੰਬਰ 14505 3 ਮਹੀਨਿਆਂ ਲਈ ਬੰਦ ਕਰ ਦਿੱਤੀ ਗਈ ਹੈ। ਉਹਨਾਂ ਨੇ ਦੱਸਿਆ ਕਿ ਟ੍ਰੇਨ ਨੰਬਰ 14505 ਇੰਟਰਸਿਟੀ ਐਕਸਪ੍ਰੈਸ 1 ਦਸੰਬਰ 2023 ਤੋਂ 29 ਫਰਵਰੀ 2024 ਤੱਕ ਬੰਦ ਰਹੇਗੀ, ਜਦਕਿ ਟ੍ਰੇਨ ਨੰਬਰ 14506 ਇੰਟਰਸਿਟੀ 2 ਦਸੰਬਰ ਤੋਂ 1 ਮਾਰਚ 2024 ਤੱਕ ਬੰਦ ਰਹੇਗੀ। ਹੁਣ ਭਾਰਤੀਆਂ ਲਈ ਮਲੇਸ਼ੀਆ ਜਾਣਾ ਹੋਰ ਵੀ ਆਸਾਨ ਹੋ ਗਿਆ ਹੈ। ਦਰਅਸਲ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਨੇ ਐਲਾਨ ਕੀਤਾ ਹੈ ਕਿ ਮਲੇਸ਼ੀਆ 1 ਦਸੰਬਰ ਤੋਂ ਚੀਨ ਅਤੇ ਭਾਰਤ ਦੇ ਨਾਗਰਿਕਾਂ ਨੂੰ 30 ਦਿਨਾਂ ਵਿੱਚ ਵੀਜ਼ਾ ਮੁਕਤ ਐਂਟਰੀ ਦੇਵੇਗਾ। ਅਨਵਰ ਨੇ ਐਤਵਾਰ ਦੇਰ ਰਾਤ ਆਪਣੀ ਪੀਪਲਸ ਜਸਟਿਸ ਪਾਰਟੀ ਕਾਂਗਰਸ 'ਚ ਇੱਕ ਭਾਸ਼ਣ ਦੌਰਾਨ ਇਹ ਐਲਾਨ ਕੀਤਾ। ਹਾਲਾਂਕਿ ਉਹਨਾਂ ਨੇ ਇਹ ਨਹੀਂ ਦੱਸਿਆ ਕਿ ਵੀਜ਼ਾ ਛੋਟ ਕਿੰਨੇ ਸਮੇਂ ਲਈ ਲਾਗੂ ਹੋਵੇਗੀ। ਤੁਰੰਤ ਦੱਸ ਦਈਏ ਕਿ ਥਾਈਲੈਂਡ ਤੇ ਸ਼੍ਰੀਲੰਕਾ 'ਚ ਭਾਰਤੀਆਂ ਨੂੰ ਪਹਿਲਾਂ ਹੀ ਵੀਜ਼ਾ ਫ੍ਰੀ ਐਂਟਰੀ ਮਿਲਦੀ ਹੈ। ਮਲੇਸ਼ੀਆ ਅਜਿਹਾ ਕਰਨ ਵਾਲਾ ਤੀਸਰਾ ਏਸ਼ੀਆਈ ਦੇਸ਼ ਬਣ ਗਿਆ ਹੈ। ਇਸ ਤੋਂ ਪਹਿਲਾਂ ਮਲੇਸ਼ੀਆ ਨੇ ਕੁਵੈਤ, ਸਾਊਦੀ ਅਰਬ, ਬਹਿਰੀਨ, UAE, ਤੁਰਕੀ, ਜਾਰਡਨ ਅਤੇ ਈਰਾਨ ਨੂੰ ਵੀ ਇਹ ਛੂਟ ਦਿੱਤੀ ਸੀ। ਹਾਲਾਂਕਿ ਇਹ ਸਾਰੇ ਮੁਸਲਮਾਨੀ ਦੇਸ਼ ਹਨ। ਚੀਨ ਅਤੇ ਭਾਰਤ ਤੋਂ ਲੋਕ ਵੱਡੀ ਗਿਣਤੀ ਦੇ ਵਿੱਚ ਜਾਂਦੇ ਹਨ। ਦੱਸ ਦਈਏ ਕਿ ਮਲੇਸ਼ੀਆ ਜਾਣ ਵਾਲੇ ਸੈਲਾਨੀਆਂ ਦਾ ਚੀਨ 4ਵੇਂ ਤੇ ਭਾਰਤ 5ਵੇਂ ਸਥਾਨ ਤੇ ਹੈ। ਦੋਵੇਂ ਦੇਸ਼ ਮਲੇਸ਼ੀਆ ਲਈ ਵੱਡੇ ਬਾਜ਼ਾਰ ਹਨ। ਸਰਕਾਰੀ ਆਂਕੜਿਆਂ ਮੁਤਾਬਕ ਮਲੇਸ਼ੀਆ 'ਚ ਇਸ ਸਾਲ ਜਨਵਰੀ ਤੋਂ ਜੂਨ ਦਰਮਿਆਨ 9.16 ਕਰੋੜ ਸੈਲਾਨੀ ਹੈ, ਜਿਨ੍ਹਾਂ ਵਿੱਚ ਚੀਨ ਦੇ 4,98,540 ਸੈਲਾਨੀ ਅਤੇ ਭਾਰਤ ਦੇ 2,83,885 ਸੈਲਾਨੀ ਸ਼ਾਮਲ ਸਨ। ਪੰਜਾਬ ਸਰਕਾਰ ਵੱਲੋਂ 24 ਨਵੰਬਰ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਯਾਨੀ ਅੱਜ ਸ਼ੁਰੂ ਹੋਣ ਵਾਲੇ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਦੀ ਕਾਮਯਾਬੀ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ। ਮੀਟਿੰਗ 'ਚ ਯਾਤਰੀਆਂ ਦੀਆਂ ਸਹੂਲਤਾਂ ਅਤੇ ਨਿਯਮਾਂ ਦੀ ਪਾਲਣ ਲਈ ਚਰਚਾ ਹੋਈ। DC ਥੋਰੀ ਨੇ ਦੱਸਿਆ ਕਿ ਯਾਤਰਾ ਦਾ ਮੁੱਖ ਮੰਤਵ ਸ਼ਰਧਾਲੂਆਂ ਨੂੰ ਦੇਸ਼ ਭਰ ਦੇ ਵਿੱਚ ਵੱਖ ਵੱਖ ਤੀਰਥ ਸਥਾਨਾਂ 'ਤੇ ਦਰਸ਼ਨ ਕਰਵਾਉਣੇ ਹਨ। ਉਹਨਾਂ ਨੇ ਕਿਹਾ ਕਿ ਯਾਤਰਾ 'ਤੇ ਜਾਣ ਲਈ 2 ਤਰ੍ਹਾਂ ਦੇ ਸਾਧਨ ਹੋਣਗੇ। ਲੰਬੀ ਦੂਰੀ ਦੇ ਧਾਰਮਿਕ ਸਥਾਨਾਂ ਲਈ ਯਾਤਰਾ ਦਾ ਸਾਧਨ ਰੇਲ ਗੱਡੀ ਅਤੇ ਘੱਟ ਦੂਰੀ ਲਈ ਯਾਤਰਾ ਦਾ ਸਾਧਨ ਸੜਕ ਰਾਸਤੇ ਬੱਸਾਂ ਰਾਹੀਂ ਹੋਵੇਗਾ। ਉਹਨਾਂ ਨੇ ਦੱਸਿਆ ਕਿ ਯਾਤਰਾ ਦੌਰਾਨ ਵੱਖ ਵੱਖ ਧਾਰਮਿਕ ਸਥਾਨਾਂ 'ਤੇ ਦਰਸ਼ਨਾਂ ਲਈ ਰੇਲਾਂ ਅਤੇ ਬੱਸਾਂ ਰਵਾਨਾ ਹੋ ਗਈਆਂ ਹਨ। ਉਹਨਾਂ SDS ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਸ਼ਰਧਾਲੂਆਂ ਲਈ ਵਿਸ਼ੇਸ਼ ਲੋੜੀਂਦੇ ਪ੍ਰਬੰਧ ਕੀਤੇ ਯਕੀਨੀ ਬਣਾਏ ਜਾਣ। ਉਹਨਾਂ ਨੇ ਕਿਹਾ ਕਿ ਯਾਤਰਾ ਦੌਰਾਨ ਰੋਜ਼ਾਨਾ ਸ਼੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਨੂੰ ਪਹਿਲੀ ਰੇਲ ਗੱਡੀ ਲਈ ਪ੍ਰਮੁਖ ਪ੍ਰਬੰਧ ਕਰਨੇ ਲਾਜ਼ਮੀ ਬਣਾਉਣ। ਡਿਪਟੀ ਕਮਿਸ਼ਨਰ ਨੇ ਸਿਵਲ ਸਰਜਨ ਨੂੰ ਹਿਮਾਇਤ ਦਿੱਤੀ ਕਿ ਧਾਰਮਿਕ ਸਥਾਨਾਂ 'ਤੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਨੂੰ ਲੋੜ ਅਨੁਸਾਰ ਮੈਡੀਕਲ ਚੈੱਕਅਪ ਕਰਨਾ ਵੀ ਲਾਜ਼ਮੀ ਬਣਾਇਆ ਜਾਵੇਗਾ। ਉਹਨਾਂ ਨੇ ਦੱਸਿਆ ਕਿ ਬੱਸਾਂ ਤੋਂ ਇਲਾਵਾ ਪਾਵਨ ਸਥਾਨਾਂ ਲਈ ਰਾਜ ਭਰ ਦੇ ਵਿੱਚ ਵੱਖ ਵੱਖ
ਸਾਰਾ ਤੇ ਸਪੈਸ਼ਲ ਰੇਲ ਗੱਡੀਆਂ ਚਲਾਈਆਂ ਜਾਣਗੀਆਂ ਜਿਨ੍ਹਾਂ ਰਾਹੀਂ ਸ਼ਰਧਾਲੂਆਂ ਨੂੰ ਸ਼੍ਰੀ ਹਜ਼ੂਰ ਸਾਹਿਬ ਪਟਨਾ ਸਾਹਿਬ ਵਾਰਾਣਸੀ ਮੰਦਿਰ ਅਯੋਧਿਆ ਅਤੇ ਵਰਿੰਦਾਵਨ ਧਾਮ ਦੇ ਅਜਮੇਰ ਸ਼ਰੀਫ ਤੋਂ ਇਲਾਵਾ ਸ਼੍ਰੀ ਅਨੰਦਪੁਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਸਾਲਾਸਰ ਧਾਮ ਮਾਤਾ ਚਿੰਤਪੁਰਨੀ ਮਾਤਾ ਵੈਸ਼ਨੋ ਦੇਵੀ ਮਾਤਾ ਜਵਾਲਾ ਧਾਰਮਿਕ ਅਸਥਾਨਾਂ ਦੀ ਯਾਤਰਾ ਕਰਵਾਈ ਜਾਵੇਗੀ। ਸਲਾਮੀ ਬੱਲੇਬਾਜ਼ ਯਸ਼ਵੀ ਜੈਸਵਾਲ ਅਤੇ ਰੁਤੁਰਾਜ ਰਾਏਵਾਰ ਨੇ ईशान किशन की शानदार बल्लेबाजी तो इलावा रवि बिश्नोई तो प्रसिद्ध कृष्णा देव गेंदबाजी सदका भारत ने अज इतने दूसरे T20 मैच के ऑस्ट्रेलिया 44 दौड़ा के नाल हरा दिता। मेजबान टीम वालों मिले 236 दौड़ा के टिचे का पिछा करद मेहमान टीम 20 ओवरों च 9 विकटा गवा के 191 दौड़ा ही बना सकी। ऑस्ट्रेलिया वालों मार्क्स स्टोइंस ने सब तो वध 45 दौड़ा जबकि कैप्टन मैथ्यू वेड ने 37 दौड़ा ही बनाईया। हार्दिक पांड्या आखिरकार मुंबई इंडियंस दे विच वापस आ गया है। एक रिपोर्ट मुताबिक मुंबई के ट्रेड राही हार्दिक पांड्या नू IPL 2024 लई अपनी टीम दे विच शामिल किया गया है। हार्दिक पांड्या का गुजरात टाइटन्स छड के मुंबई इंडियंस च शामिल होना IPL 2024 विच पहला वड्डा फेरबदल है। अक्सर IPL ट्रेड विच खिडारियों की तब्दीली होंदी है यानी टीमों विच एक दूजे खिडारियों का अदला बदला करना चलता है पर हार्दिक पांड्या के मामले इस अजिहा कुछ नहीं होया। एक रिपोर्ट अनुसार इस सौदे के गुजरात टाइटन्स ने मुंबई इंडियंस के बदले कोई भी खिडारी नहीं लिया है। इस सौदे के मुंबई और गुजरात दोवें टीमों में शामिल सन। मुंबई इंडियंस हार्दिक पांड्या की पुरानी IPL फ्रेंचाइजी है जिस राही वह टूरनामेंट के अपनी शुरुआत करते हैं पर 2022 के नवे बने गुजरात टाइटन्स ने उस नूं अपनी टीम का हिस्सा बनाया। हार्दिक पांड्या गुजरात ले सफल कप्तान साबित हुए। कैनेडा के वैसट वैनकूवर घर के बाहर गोलीबारी चलन की घटना तो बाद हुण गिप्पी गरवाल ने मीडिया के सामने आके अपनी चुप्पी तोड़ी। उन्होंने अपने कैनेडा रिहायश से हुई गोलीबारी की घटना उत्थे ही लॉरेंस बिश्नोई के नाम नाल पाई गई पोस्ट से हैरानी जाहिर की है। गिप्पी गरवाल ने मीडिया सामने आके कहा कि कैनेडा के समय अनुसार उन्होंने घर के बाहर अद्धी रात 12:30 करीब फायरिंग हुई। घटना वेले वह घर के मौजूद नहीं सन। हमलावर ने उन्होंने गड्डी ते गैराज नू निशाना बनाया। इस घटना तो बाद तो ही वह हैरान हैं कि उन्होंने आखिर यहोजा क्यों होया। उन्होंने किसी नाल कोई दुश्मनी का नाम नहीं जताया तो ना ही कोई विवाद दसिया। गिप्पी गरवाल ने कहा कि लॉरेंस बिश्नोई वालों पाई गई पोस्ट तो बाद घटना बारे सोचण ते मजबूर हैं और वह घटना बारे सोच के हैरान हैं। उन्होंने दसिया कि बिश्नोई वालों कोई भी कदे भी कोई उन्होंने फोन नहीं आया। गिप्पी गरवाल सलमान खान नाल दोस्ती तो भी साफ इनकार करते हैं। उन्होंने कहा कि सलमान नू सिर्फ दो वार मिले हैं, एक बार बिग बॉस से ते दूजी बार अपने फिल्म मौजा ही मौजा के ट्रेलर लॉन्च से। यह सी अज दियाँ कुछ मुख्य खबर तो इस ही मैनू यानी कि हिमानी नूं दिओ इजाजत ते बने रहो हरजस टीवी के नाल हरजस हर थां।